ਪਾਖੜਾ ਡੈਮ ਤੋਂ ਸਤਲੁਜ ਦਰਿਆ ਵਿੱਚ ਛੱਡੇ ਗਏ ਪਾਣੀ ਤੋਂ ਬਾਅਦ ਫਿਰੋਜ਼ਪੁਰ ਦੇ ਵਿੱਚ ਵੀ ਜ਼ਿਲ੍ਹਾ ਡਿਪਟੀ ਕਮਿਸ਼ਨਰ ਵੱਲੋਂ ਹੁਣ ਪਿੰਡ ਹਬੀਬਕੇ ਸਮੇਤ ਵੱਖ-ਵੱਖ ਦਰਿਆ ਨਾਲ ਲੱਗਦੇ ਪਿੰਡਾਂ ਦਾ ਦੌਰਾ ਕੀਤਾ ਗਿਆ ਹੈ। ਉਹਨਾਂ ਦਾਅਵਾ ਕੀਤਾ ਹੈ ਕਿ ਫਿਰੋਜ਼ਪੁਰ ਵਿੱਚ ਫਿਲਹਾਲ ਸਥਿਤੀ ਕੰਟਰੋਲ ਦੇ ਵਿੱਚ ਹੈ ਅਤੇ ਲੋਕ ਅਫਵਾਹਾਂ ਤੋਂ ਦੂਰ ਰਹਿਣ। ਫਿਰੋਜ਼ਪੁਰ ਦੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਰਜੇਸ਼ ਧਮਾਨ ਨੇ ਸਾਰੇ ਮਾਮਲੇ 'ਤੇ ਹੋਰ ਜਾਣਕਾਰੀ ਦਿੱਤੀ ਹੈ। ਅਸੀਂ ADC ਸਾਹਿਬ ਨਾਲ, SC ਸਾਹਿਬ ਅਤੇ ਜਿਹੜਾ ਸਾਡਾ ਸਟਾਫ ਹੈ ਡਰੇਨੇਜ ਡਿਪਾਰਟਮੈਂਟ ਦਾ, ਉਹਦੇ ਨਾਲ ਅਸੀਂ ਕਈ ਪਿੰਡਾਂ ਦਾ ਦੌਰਾ ਕੀਤਾ ਜਿੱਥੇ ਪੁਰਾਣੇ ਸਮੇਂ ਜਦੋਂ ਪਿਛਲੇ ਮਹੀਨੇ ਹੜ੍ਹ ਆਏ ਸਨ ਉਦੋਂ ਸਾਨੂੰ ਪਤਾ ਲੱਗਿਆ ਵੀ ਕਿਹੜੇ ਕਿਹੜੇ ਪਿੰਡਾਂ 'ਚ ਮਾਰ ਪਈ ਹੈ ਜਾਂ ਕਿੱਥੋਂ ਕਿੱਥੋਂ ਸਾਡਾ ਵੀਕ ਪੁਆਇੰਟ ਸੀਗੇ। ਅਤੇ ਲਾਸਟ ਟਾਈਮ ਵੀ ਬੜੀ ਮਿਹਨਤ ਕੀਤੀ ਸੀ ਸਾਰੇ ਡਿਪਾਰਟਮੈਂਟਾਂ ਨੇ, ਅਤੇ ਉਹਨੂੰ ਦੇਖਦੇ ਹੋਏ ਅਸੀਂ ਅੱਜ ਹੁਣ ਹਬੀਬਕੇ ਆਏ ਹਾਂ। ਹਬੀਬਕੇ ਕਿਉਂਕਿ ਸ਼ਹਿਰ ਦੇ ਸਭ ਤੋਂ ਨੇੜੇ ਹੈਗਾ ਅਤੇ ਉੱਥੇ SC ਸਾਹਿਬ ਨਾਲ ਅਸੀਂ ਸਾਰਾ ਇਹਦਾ ਮੁਆਇਨਾ ਕੀਤਾ ਅਤੇ ਜਿੱਥੇ ਵੀ ਲੋੜ ਹੈਗੀ ਹੈ ਅਤੇ ਸਟਰੈਂਥਨਿੰਗ ਕੀਤੀ ਜਾ ਰਹੀ ਹੈ ਅਤੇ ਸੈਂਡ ਬੈਗਸ ਅਤੇ ਮਿੱਟੀ ਅਸੀਂ ਅਵੇਲੇਬਲ ਕਰਵਾਤੀ ਆ ਅਤੇ ਅੱਜ ਹੀ ਕੰਮ ਸ਼ੁਰੂ ਹੋਊਗਾ। ਅਤੇ ਅਸੀਂ ਬੇਨਤੀ ਕਰਦੇ ਹਾਂ ਸਾਰੇ ਹੀ ਜੇ ਇਲਾਕਾ ਨਿਵਾਸੀ ਹੈ ਵੀ ਕਿਸੇ ਤਰ੍ਹਾਂ ਦੀ ਡਰਨ ਦੀ ਲੋੜ ਨਹੀਂ ਹੈਗਾ। ਅਤੇ ਪਿਛਲੇ ਵਾਰ ਬਹੁਤ ਪਾਣੀ ਆਇਆ ਸੀ, ਉਹ ਸਾਡੇ ਵੱਸੋਂ ਬਾਹਰ ਸੀ, ਪਰ ਇਸ ਦਫ਼ਾ ਤੁਹਾਨੂੰ ਯਕੀਨ ਦਵਾਉਂਦੇ ਹਾਂ ਵੀ ਉਨਾ ਪਾਣੀ ਨਹੀਂ ਆਉਣਾ। ਠੀਕ ਹੈ, ਜਿਹੜਾ ਲਾਸਟ ਟਾਈਮ ਆਇਆ ਸੀ ਉਸ ਤੋਂ ਬਹੁਤ ਘੱਟ ਪਾਣੀ ਆਊਗਾ ਅਤੇ ਕਿਸੇ ਤਰ੍ਹਾਂ ਦੀ ਡਰਨ ਦੀ ਲੋੜ ਨਹੀਂ ਹੈ ਅਤੇ ਕੋਈ ਖਤਰੇ ਦੀ ਨਿਸ਼ਾਨੀ ਦੀ ਗੱਲ ਨਹੀਂ। ਅਤੇ ਅਸੀਂ ਤੁਹਾਨੂੰ ਯਕੀਨ ਦਵਾਉਂਦੇ ਹਾਂ ਵੀ ਤੁਹਾਨੂੰ ਜਿਹੜੀ ਵੀ ਜ਼ਰੂਰਤਾਂ ਹੈਗੀਆਂ ਨੇ ਉਹ ਅਸੀਂ ਪੂਰੀ ਕਰਾਵਾਂਗੇ ਤੁਹਾਨੂੰ ਅਤੇ ਤੁਸੀਂ ਤੁਹਾਡਾ ਸਾਥ ਦਿਓ, ਅਸੀਂ ਤੁਹਾਡੇ ਨਾਲ। ਧੰਨਵਾਦ ਜੀ। ਫਿਰੋਜ਼ਪੁਰ ਤੋਂ ਬੌਬੀ ਖੁਰਾਨਾ ਦੀ ਰਿਪੋਰਟ, ਪੰਜਾਬ ਟੁਡੇ।